ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਚੱਲੇ ਜੀ ਗੁਰੂ ਘਰ ਜੀ। ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਆ ਜੀ ਅੱਜ, ਤੇ ਗੁਰੂ ਘਰ ਜਾਣਾ ਅਸੀਂ ਕੰਮ ਤੇ ਸੀਗਾ। ਹੁਣ ਪਹਿਲਾਂ ਗੁਰੂ ਘਰ ਚੱਲੇ ਹਾਂ ਜੀ ਮੱਥਾ ਟੇਕਣ, ਮਾਤਾ ਦੀ ਹਜ਼ੂਰੀ ਚ ਹਾਜ਼ਰੀ ਲਵਾਉਣ ਵਾਸਤੇ। ਅੱਗੇ ਬੈਠਾ ਪਸੰਦ ਕਰੋ। ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ। ਗੁਰਪੁਰਬ ਦੀਆਂ ਪਰਮਾਤਮਾ ਸਾਰਿਆਂ ਦੀ ਮਿਹਰ ਪ੍ਰਿਆਤ ਰੱਖੇ, ਤਰੱਕੀਆਂ ਦੇਵੇ ਜ਼ਿਆਦਾ ਤੋਂ ਜ਼ਿਆਦਾ। ਤੇ ਅਸੀਂ ਹੁਣ ਚੱਲੇ ਹਾਂ ਗੁਰਦੁਆਰੇ, ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ। ਬਾਕੀ ਉੱਧਰ ਤਾਂ ਅਸੀਂ ਸ਼ਾਮ ਨੂੰ ਜਾਣਾ ਆ, ਤੇ ਅਸੀਂ ਕੰਮ ਤੇ ਜਾਣ ਤੋਂ ਪਹਿਲਾਂ ਇਹ ਸੋਚਿਆ ਕਿ ਪਹਿਲਾਂ ਵਾਹਿਗੁਰੂ ਜੀ ਦਾ ਆਸ਼ੀਰਵਾਦ ਲੈ ਲਈਏ। ਲੋ ਜੀ ਗੁਰੂ ਘਰ ਆ ਗਏ ਜੀ, ਆਪਾਂ ਟੇਕਦੇ ਆ ਮੱਥਾ ਅੰਦਰ ਜਾ ਕੇ। ਚਲੋ ਹਾਂਜੀ, ਗੁਰੂ ਘਰ ਪਹੁੰਚ ਗਏ ਜੀ ਅਸੀਂ। ਗੁਰੂ ਘਰ ਪਹੁੰਚ ਗਏ ਜੀ, ਸਾਡੇ ਪ੍ਰਧਾਨ ਸਾਹਿਬ ਜੀ ਸਰਦਾਰ ਬਲਵੀਰ ਸਿੰਘ ਜੀ ਧਾਲੀਵਾਲ, ਹਾਂਜੀ ਪਾਣੀ ਲਾਉਂਦੇ ਪਏ ਜੀ। ਹਾਂਜੀ 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 ਥੈਂਕ ਯੂ। ਹਾਂਜੀ ਗੁਰੂ ਘਰ ਪਹੁੰਚ ਗਏ ਜੀ। ਹਾਂਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਆ ਜੀ, ਅਤੇ ਪੂਰੀਆਂ ਤਿਆਰੀਆਂ ਜੀ। ਵੈਸੇ ਇੱਥੇ ਵਿਘਨ ਸਿਟੀ ਵਿੱਚ ਤਾਂ 21 ਤਰੀਕ ਨੂੰ ਮਨਾਉਣਾ ਹੈਗਾ। ਲਓ ਜੀ ਮਹਾਰਾਜ ਜੀ ਫੋਟੋ ਦੇਖੋ। ਹਾਂਜੀ ਗੁਰੂ ਘਰ ਪਹੁੰਚ ਗਏ ਹਾਂ ਜੀ ਅਸੀਂ, ਤੇ ਆ ਜਾਓ ਆਪਾਂ ਅੰਦਰ ਚੱਲਦੇ ਹਾਂ, ਮਹਾਰਾਜ ਦੇ ਦਰਸ਼ਨ ਕਰਦੇ ਹਾਂ ਜਾ ਕੇ। ਇਹ ਮਹਾਰਾਜ ਨੇ ਸੇਵਾ ਬਖਸ਼ੀ ਸੀ ਜੀ ਪੇਂਟਿੰਗ ਬਣਾਉਣ ਦੀ, ਗੁਰੂ ਘਰ ਲੱਗੇ। ਕਰੋ ਦਰਸ਼ਨ ਮਹਾਰਾਜ ਦੇ, ਪਾਠੀ ਸਾਹਿਬ ਬੈਠੇ ਜੀ। ਗੁਰੂ ਘਰ ਦੇਖੋ ਜੀ, ਦਰਸ਼ਨ ਕਰੋ ਮਹਾਰਾਜ ਦੇ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਗੁਰਪੁਰਬ ਆ ਜੀ, ਅਤੇ ਅਸੀਂ ਥੋੜ੍ਹੀ ਸੇਵਾ ਲਾਈ ਹੈ ਇੱਥੇ ਜੀ ਆਈਸ ਕ੍ਰੀਮ ਦੀ। ਆ ਦੇਖੋ ਤੁਸੀਂ ਦੇਖੋ ਉਹ ਲਾਈਨ ਲੱਗੀ ਵਾ ਆਈਸ ਕ੍ਰੀਮ ਆਉਂਦੇ ਪਏ ਆ। ਇੱਧਰ ਕੋਕੋ ਜੂਸ ਲੱਗਾ ਹੋਇਆ, ਨਾਰੀਅਲ ਦਾ ਜੂਸ ਲਾਇਆ ਜੀ ਉੱਧਰ, ਇਹ ਸਾਰਾ ਫ੍ਰੀ ਲੱਗਾ ਹੋਇਆ ਜੀ। ਮਹਾਰਾਜ ਦੀ ਕਿਰਪਾ ਨਾਲ ਥੋੜ੍ਹੀ ਸੇਵਾ ਰੱਖੀ ਸੀ,